ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਬਰਤਾਨੀਆ ਤੋਂ ਕੋਹੇਨੂਰ ਨੂੰ ਵਾਪਸ ਲੈਣ ਦੇ ਲਈ ਫਿਰ ਤੋਂ ਦਾਵਾ ਕਰਨ ਜਾਂ ਫਿਰ ਇਸ ਦੇ ਨਿਲਾਮੀ ਨੂੰ ਰੋਕਣ ਦੇ ਲਈ ਕੋਈ ਹੁਕਮ ਪਾਸ ਨਹੀਂ ਕੀਤਾ ਜਾ ਸਕਦਾ। ਮੁੱਖ ਜੱਜ ਜਗਦੀਪ ਸਿੰਘ ਖੇਹਰ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੀ ਬੈਂਚ ਨੇ ਕੋਹੇਨੂਰ ਹੀਰੇ ਨੂੰ ਵਾਪਸ ਲਿਆਉਣ ਦੇ ਲਈ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਅਤੇ ਆਖਿਆ ਕਿ ਅਦਾਲਤ ਇੱਕ ਵਿਸ਼ੇਸ਼ ਸਰਕਾਰ ਨੂੰ ਕਿਸੇ ਸੰਪਤੀ ਦੀ ਨਿਲਾਮੀ ਰੋਕਣ ਦੇ ਲਈ ਨਹੀਂ ਕਹਿ ਸਕਦੀ। ਅਦਾਲਤ ਨੇ ਕੇਂਦਰ ਵੱਲੋਂ ਦਾਇਰ ਹਲਫ਼ਨਾਮੇ ਦਾ ਜ਼ਿਕਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਇਸ ਮਾਮਲੇ ਤੇ ਪਹਿਲਾਂ ਹੀ ਬਰਤਾਨੀਆ ਸਰਕਾਰ ਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ। ਜ਼ਿਕਰ ਹੋ ਗਿਆ ਕਿ ਇਸ ਸਮੇਂ ਕੋਹੇਨੂਰ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਹੈ ਅਤੇ ਇਸ ਨੂੰ ਵਾਪਸ ਲਿਆਉਣ ਸੰਬੰਧੀ ਕਈ ਵਾਰ ਸੰਸਦ ਵਿੱਚ ਮੰਗ ਵੀ ਉੱਠ ਚੁੱਕੀ ਹੈ।